ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਸਮਾਂ ਐਸਾ ਆਇਆ ਜੀ, ਇੱਕ ਵਕਤ ਐਸਾ ਆਇਆ, ਲਗਾਤਾਰ ਬਰਸਾਤਾਂ ਦੇ ਦਿਨਾਂ ਚ ਸੌਣ ਭਾਦਰੋਂ ਚ ਮੀਂਹ ਪੈਣ ਲੱਗ ਪਿਆ। ਦੋ ਦਿਨ ਮੀਂਹ ਪਿਆ, ਹਫ਼ਤਾ ਪਿਆ, 15 ਦਿਨ ਪਿਆ, 20 ਦਿਨ ਮੀਂਹ, ਬਰਸਾਤ ਹੀ ਨਾ ਹਟੇ। ਜਦੋਂ ਮੀਂਹ ਹਟੇ ਨਾ ਬਰਸਾਤ, ਇੱਕ ਦਿਨ ਐਸਾ ਆਇਆ ਵੀ ਲੰਗਰ ਪਕਾਉਣ ਵਾਸਤੇ ਜਿਹੜਾ ਬਾਲਣ ਸੀਗਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ, ਇੱਕ ਦੋ ਦਿਨਾਂ ਜੋਗਾ ਰਹਿ ਗਿਆ। ਗੁਰੂ ਕੇ ਸਿੱਖ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਦੇ, ਪਾਤਸ਼ਾਹ ਬੜੇ ਦਿਨ ਹੋ ਗਏ ਬਰਸਾਤ ਨਹੀਂ ਹਟਦੀ, ਮੀਂਹ ਨਹੀਂ ਹਟਦਾ, ਤੇ ਮਹਾਰਾਜ ਲੰਗਰ ਪਕਾਉਣ ਵਾਸਤੇ ਬਾਲਣ ਚਾਹੀਦਾ। ਹੁਣ ਅੱਜ ਵਾਲਾ ਤੇ ਸਿਸਟਮ ਹੈ ਨਹੀਂ ਸੀਗਾ, ਲੱਕੜਾਂ ਆਦਕਾਂ ਪਾਥੀਆਂ ਆਦਕਾਂ ਨਾਲ ਹੀ ਅੱਗ ਬਾਲਦੇ ਸੀ ਲੋਕੀ, ਤੇ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਪਾਣੀ ਤਿਆਰ ਕਰਨ ਵਾਸਤੇ ਬਾਲਣ ਚਾਹੀਦਾ। ਤੇ ਗੁਰੂ ਰਾਮਦਾਸ ਮਹਾਰਾਜ ਪਤਾ ਕੀ ਕਹਿੰਦੇ, ਗੱਲ ਮੈਂ ਸਿੱਖ ਦੀ ਕਰਨੀ ਵੀ ਸਿੱਖ ਦਾ ਜੀਵਨ ਕਿੱਥੋਂ ਤੱਕ ਲੈ ਗਏ ਆ ਗੁਰੂ ਰਾਮਦਾਸ, ਅੱਜ ਦਿਹਾੜਾ ਉਹਨਾਂ ਦਾ ਮਨਾ ਰਹੇ ਤੇ ਆਪਾਂ ਵੀ ਸਿੱਖ ਹਾਂ। ਅਗਲੀ ਬੇਨਤੀ ਸੁਣਿਓ, ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦਾ ਲੰਗਰ ਆ, ਕੋਈ ਗੁਰੂ ਨਾਨਕ ਦਾ ਪਿਆਰਾ ਆਜੂਗਾ ਸੇਵਾ ਕਰਨ ਵਾਸਤੇ, ਆਪਾਂ ਨੂੰ ਕਾਹਦੀ ਚਿੰਤਾ, ਜਿਹਦਾ ਲੰਗਰ ਹੈ ਉਹਨੇ ਚਲਾਉਣਾ। ਇਸ ਗੱਲ ਦਾ ਪਤਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਸਿੱਖ ਭਾਈ ਸਾਲੋ ਨੂੰ ਪਤਾ ਲੱਗਾ ਇਸ ਗੱਲ ਦਾ, ਭਾਈ ਸਾਲੋ ਕਿ ਲੰਗਰਾਂ ਚ ਤੇ ਬਾਲਣ ਨਹੀਂ ਹੈਗਾ ਸੁੱਕਾ, ਤੇ ਲੰਗਰ ਕਿਵੇਂ ਤਿਆਰ ਹੋਣਾ ਕੱਲ ਪਰਸੋਂ। ਭਾਈ ਸਾਲੋ ਨੇ ਗੱਡਾ ਜੋ ਲਿਆ, ਗੱਡਾ ਗੱਡਾ ਸਮਝਦੇ ਨਾ, ਪਸ਼ੂ ਜੋ ਲੈਣਾ ਅਗਲੇ ਪਾਸੇ ਗੱਡੇ ਦੇ, ਤੇ ਤੋਰ ਲਿਆ ਅੰਮ੍ਰਿਤਸਰ ਦੇ ਬਾਜ਼ਾਰਾਂ ਚ ਤੇ ਲਾਗੇ ਲਾਗੇ ਦੇ ਪਿੰਡਾਂ ਦੇ ਬਾਜ਼ਾਰਾਂ ਚ, ਤੇ ਭਾਈ ਸਾਲੋ ਨੇ ਹੋਕਾ ਦੇਣਾ ਸ਼ੁਰੂ ਕਰਤਾ ਉੱਚੀ ਉੱਚੀ, ਕਹਿੰਦਾ ਗੁਰੂ ਕੀ ਸਾਧ ਸੰਗਤ ਇਲਾਕਾ ਨਿਵਾਸੀਓ, ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਦੇ ਲੰਗਰਾਂ ਵਿੱਚ ਸੁੱਕੇ ਬਾਲਣ ਦੀ ਲੋੜ ਆ, ਜਿਹੜਾ ਚਾਰ ਸੁੱਕੀਆਂ ਪਾਥੀਆਂ ਜਾਂ ਇੱਕ ਦੋ ਸੁੱਕੀਆਂ ਲੱਕੜਾਂ ਗੁਰੂ ਕੇ ਲੰਗਰਾਂ ਵਿੱਚ ਹਿੱਸਾ ਪਾਊਗਾ ਉਹਨੂੰ ਗੁਰੂ ਰਾਮਦਾਸ ਦੇ ਦਰ ਤੋਂ ਪੁੱਤਰ ਦੀ ਦਾਤ ਮਿਲੂਗੀ, ਪੁੱਤ ਮਿਲਣਗੇ ਉਹਨਾਂ ਨੂੰ ਉੱਥੋਂ। ਜੇ ਕੋਈ ਧੀ ਮੰਗਦਾ ਤੇ ਧੀ ਮਿਲੂਗੀ, ਪੁੱਤ ਮੰਗਦਾ ਤੇ ਪੁੱਤ ਮਿਲੂਗਾ। ਇਹਨੇ ਵੀ ਅੱਜ ਕਈ ਵਾਰੀ ਆਪਾਂ ਬਹੁਤਾ ਪ੍ਰਚਾਰ ਪੁੱਤਾਂ ਦਾ ਹੀ ਕਰਦੇ ਹਾਂ, ਕਹਿਣ ਦਾ ਭਾਅ ਉਹਨੂੰ ਔਲਾਦ ਮਿਲੂਗੀ, ਪੁੱਤ ਚਾਹੀਦਾ ਪੁੱਤ, ਦੁੱਧ ਚਾਹੀਦਾ ਦੁੱਧ, ਧੀ ਚਾਹੀਦੀ ਧੀ, ਮੰਗੀਆਂ ਮੁਰਾਦਾਂ ਜੋ ਮੰਗੋਗੇ ਮਿਲੂਗਾ। ਦੋ ਦੋ ਪਾਥੀਆਂ ਤੇ ਸੁੱਕੀਆਂ ਲੱਕੜਾਂ ਦੇ ਵੱਟੇ ਚ ਉਹ ਕਹਿੰਦਾ ਕਰੋ ਸੇਵਾ। ਤੇ ਜਦੋਂ ਪਈਆਂ ਨਾ ਸ਼ਾਮਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਲੰਗਰਾਂ ਦੇ ਬਾਹਰ ਸੁੱਕੇ ਬਾਲਣ ਦੇ ਢੇਰ ਲੱਗੇ, ਤੇ ਗੁਰੂ ਰਾਮਦਾਸ ਟਹਿਲਦੇ ਟਹਿਲਦੇ ਜਦੋਂ ਲੰਗਰ ਵੱਲ ਨੂੰ ਗਏ ਨਾ, ਤੇ ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰੀ, ਕਹਿੰਦੇ ਬਾਬਾ ਜੀ ਸਵੇਰੇ ਤੇ ਬਚਨ ਚੱਲਿਆ ਸੀ ਵੀ ਸੁੱਕਾ ਬਾਲਣ ਨਹੀਂ ਹੈਗਾ, ਬਰਸਾਤ ਬਹੁਤ ਹੋ ਰਹੀ, ਕਈ ਦਿਨ ਹੋ ਗਏ ਮੀਂਹ ਨਹੀਂ ਹਟਦਾ, ਵਰਖਾ ਨਹੀਂ ਹਟ ਰਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਸੁੱਕਾ ਬਾਲਣ ਨਹੀਂ ਹੈਗਾ, ਤੇ ਇੰਨੇ ਢੇਰ ਲੱਗ ਗਏ ਬਾਲਣ ਦੇ, ਕੀ ਗੱਲ ਹੋਈ, ਇੱਕਦਮ ਇੰਨਾ ਬਾਲਣ ਕਿੱਥੋਂ ਆ ਗਿਆ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਭਾਈ ਸਾਲੋ ਦਾ ਕੰਮ ਜੇ, ਸਾਲੋ ਦਾ ਗੁਰੂ ਕੇ ਹੋਰ ਵੀ ਸਿੱਖਿਆ, ਉਹ ਆ ਕੇ ਕਹਿੰਦੇ ਸਿੱਖ ਹੋਰ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਵੀ ਕਾਹਦੇ ਵੱਟੇ ਚ ਬਾਲਣ ਆਇਆ ਹੈ। ਦੋ ਦੋ ਪਾਥੀਆਂ ਦੇ ਵੱਟੇ ਚ ਗੋਬਰ ਦੀਆਂ ਹੁੰਦੀਆਂ ਨਾ ਪਾਥੀਆਂ, ਗੋਹੇ ਦੀਆਂ ਸੁੱਕੀਆਂ, ਕਹਿੰਦੇ ਦੋ ਦੋ ਸੁੱਕੀਆਂ ਪਾਥੀਆਂ ਦੇ ਵੱਟੇ ਚ ਪੁੱਤ ਦਈ ਜਾਂਦਾ ਜੇ ਸਾਲੋ, ਢੰਡੋਰਾ ਦੇਣ ਡਿਆ ਪੁੱਤ ਮਿਲੂ ਤੁਹਾਨੂੰ, ਸਿੱਖ ਦੀ ਗੱਲ ਸਿੱਖ। ਸਤਿਗੁਰੂ ਕਹਿੰਦੇ ਅੱਛਾ ਭਾਈ ਸਾਲੋ ਪੁੱਤ ਵੰਡਣ ਡਿਆ, ਉਹ ਕਹਿੰਦੇ ਜੀ ਹਾਂ, ਆ ਤਾਂ ਹੀ ਇੰਨਾ ਬਾਲਣ ਇਕੱਠਾ ਹੋਇਆ, ਸੰਗਤਾਂ ਨੇ ਭੇਜਿਆ। ਤੇ ਮਹਾਰਾਜ ਕਹਿੰਦੇ ਸਾਡੇ ਕੋਲੋਂ ਤੇ ਪੁੱਛਿਆ ਨੀ, ਉਹਨੂੰ ਬੁਲਾ ਕੇ ਲਿਆਓ, ਉਹਨੂੰ ਭਾਈ ਸਾਲੋ ਨੂੰ ਆਵਾਜ਼ ਮਾਰ ਕੇ ਲਿਆਓ, ਦੱਸਿਆ ਭਾਈ ਸਾਲੋ ਤੈਨੂੰ ਗੁਰੂ ਰਾਮਦਾਸ ਮਹਾਰਾਜ ਬੁਲਾਉਂਦੇ ਹੀ ਆ ਗਿਆ। ਗਲ ਪੱਲੂ ਪਾਇਆ, ਹੱਥ ਜੋੜੇ, ਸਿਰ ਝੁਕਾਇਆ, ਜੀ
ਤੇ ਹੱਥ ਬੰਨ ਕੇ ਕਹਿੰਦਾ ਜੀ ਇਸ ਗੁਲਾਮ ਵਾਸਤੇ ਕੀ ਹੁਕਮ ਆ? ਗੁਰੂ ਰਾਮਦਾਸ ਦੇ ਗੁਲਾਮ ਬਣ ਕੇ ਜਾਇਓ, ਇੱਥੇ ਲਾਲੇ ਗੋਲੇ ਬਣ ਕੇ ਜਾਇਓ, ਜੋ ਮੰਗੀਏ ਦਿੰਦਾ ਜੀ। ਧਿਆਨ ਨਾਲ ਸੁਣਿਓ, ਉਸੇ ਗੁਰੂ ਰਾਮਦਾਸ ਦੇ ਪੜਪੋਤਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੈਠੇ ਜੇ ਤੁਸੀਂ। ਸੁਣਿਓ ਬੇਨਤੀ, ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਣ ਕੇ ਕਿਹਾ, ਮਹਾਰਾਜ ਇਸ ਗੁਲਾਮ ਵਾਸਤੇ ਕੀ ਹੁਕਮ ਆ? ਗੁਰੂ ਰਾਮਦਾਸ ਕਹਿੰਦੇ, ਸਾਲੋਆ ਬੜਾ ਢੇਰ ਲੱਗਾ ਬਾਲਣ ਦਾ, ਕੋਈ ਪਾਥੀਆਂ ਦਾ ਨਹੀਂ ਪਤਾ ਲੱਗਦਾ, ਕੋਈ ਲੱਕੜਾਂ ਦਾ ਨਹੀਂ ਪਤਾ ਲੱਗਦਾ, ਸੁੱਕਾ ਬਾਲਣ ਇਹਦੇ ਸਾਲ ਭਰ ਨਹੀਂ ਮੁੱਕਣਾ ਸਾਡੇ ਕੋਲ, ਇੰਨਾ ਆ ਗਿਆ ਤੇ ਸਾਨੂੰ ਪਤਾ ਲੱਗਾ ਵੀ ਤੂੰ ਇਹ ਢੰਡੋਰਾ ਦਿੱਤਾ ਵੀ ਜਿਹੜਾ ਵੀ ਗੁਰੂ ਨਾਨਕ ਦੇ ਦਰ ਘਰ ਦੇ ਲੰਗਰਾਂ ਵਾਸਤੇ ਕੋਈ ਦੋ ਲੱਕੜਾਂ ਕੋਈ ਦੋ ਚਾਰ ਪਾਥੀਆਂ ਦਊਗਾ, ਉਹਨੂੰ ਦੁੱਧ ਪੁੱਤ ਔਲਾਦ ਮਿਲੂਗੀ। ਦਿੱਤਾ ਢੰਡੋਰਾ ਤੂੰ, ਢੰਡੋਰਾ ਦਿੱਤਾ ਈ ਭਾਈ ਸਾਲੋ ਜੀ? ਕਹਿੰਦੇ ਹਾਂ ਮਹਾਰਾਜ ਦਿੱਤਾ, ਇਹ ਢੰਡੋਰਾ ਦਿੱਤਾ ਵਾ। ਤੇ ਗੁਰੂ ਰਾਮਦਾਸ ਕਹਿੰਦੇ, ਸਾਡੇ ਕੋਲੋਂ ਪੁੱਛਿਆ ਹੀ, ਸਾਡੇ ਕੋਲੋਂ ਪੁੱਛਿਆ ਵੀ ਇਹ ਪੁੱਤ ਮਿਲਣਗੇ, ਧੀਆਂ ਔਲਾਦ ਮਿਲੂਗੀ, ਸਾਡੇ ਕੋਲੋਂ ਪੁੱਛਿਆ ਹੀ ਵੀ ਇੰਨੇ ਪੁੱਤ ਦੇ ਆਇਆ ਲੋਕਾਂ ਨੂੰ, ਪੁੱਛਿਆ ਹੀ ਉਹ। ਤੇ ਹੱਸ ਕੇ ਵਧਾ ਜੋੜ ਕੇ ਕੀ ਕਹਿੰਦਾ ਭਾਈ ਸਾਲੋ? ਕਹਿੰਦਾ ਪੁੱਛਾਂ ਤੇ ਤਾਂ ਜੇ ਤੇਰੇ ਘਰ ਇੰਨੇ ਪੁੱਤ ਨਾ ਹੋਣ ਤੇ, ਪੁੱਛਾਂ ਤੇ ਤਾਂ ਵੀ ਜੇ ਤੇਰੇ ਘਰ ਇੰਨੇ ਨਹੀਂ ਹੈਗੇ। ਸਤਿਗੁਰਾਂ ਜਾਂ ਦੱਸ ਵੀ ਇੰਨੇ ਪੁੱਤ, ਇੰਨੀ ਔਲਾਦ, ਦੁੱਧ ਪੁੱਤ ਧਨ ਦੌਲਤ, ਤੂੰ ਮੰਗੀਆਂ ਮੁਰਾਦਾਂ ਨਹੀਂ ਪੂਰੀਆਂ ਕਰ ਸਕਦਾ? ਪੁੱਛਾਂ ਤੇ ਤਾਂ ਵੀ ਜੇ ਤੇਰੇ ਘਰ ਹੈ ਨਹੀਂ, ਤੇ ਜੇ ਮੈਨੂੰ ਵਿਸ਼ਵਾਸ ਹੈ ਵੀ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਤੇ ਸਤਿਗੁਰੂ ਪਾਤਸ਼ਾਹ ਪੁੱਛਾਂ ਤੇ ਤਾਂ ਜੇ ਤੇਰੇ ਘਰ ਇੰਨਾ ਕੁਝ ਨਾ ਹੋਵੇ, ਤੇ ਮੈਨੂੰ ਪਤਾ ਵਾ ਵੀ ਤੇਰੇ ਘਰ ਸਾਰਾ ਕੁਛ ਹੈਗਾ। ਪਰਦਾਤਾ ਇਸ ਗੁਲਾਮ ਦੀ ਇੱਕ ਬੇਨਤੀ ਉਹ ਭਾਈ ਸਾਲੋ ਦੀ, ਗੁਰੂ ਰਾਮਦਾਸ ਕਹਿੰਦੇ ਦੱਸ ਭਾਈ ਸਾਲੋ। ਕਹਿੰਦਾ ਤੇਰੇ ਭਰੋਸੇ ਤੇ ਢੰਡੋਰਾ ਦੇ ਕੇ ਆਇਆ ਈ, ਉਹ ਤੇਰੇ ਭਰੋਸੇ ਤੇ ਢੰਡੋਰਾ ਭਾਵੇਂ ਮੈਂ ਦਿੱਤਾ, ਪਰ ਭਰੋਸਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਮੈਂ ਤੇ ਗੁਰੂ ਕੇ ਲੰਗਰਾਂ ਵਾਸਤੇ ਢੰਡੋਰਾ ਦੇ ਕੇ ਆਇਆ, ਆਪਣੇ ਵਾਸਤੇ ਮੈਂ ਕੁਝ ਨਹੀਂ ਮੰਗਿਆ ਤੇ ਕੁਝ ਨਹੀਂ ਕੀਤਾ। ਗੁਰੂ ਰਾਮਦਾਸ ਤਰਲਾ ਹੀ ਇਸ ਸੇਵਕ ਦਾ, ਸਾਲੋ ਦਾ, ਜਿੰਨੇ ਸੇਵਾ ਕਰਕੇ ਗਏ ਆ ਕਿਸੇ ਦੀ ਝੋਲੀ ਖਾਲੀ ਨਾ ਰਹਿਣ ਦੀ, ਝੋਲੀਆਂ ਖਾਲੀ ਨਾ ਰਹਿਣ ਦੀ ਗੁਰੂ ਰਾਮਦਾਸ ਕਿਸੇ ਦੀ ਕਰ ਕਿਰਪਾ। ਤੇ ਗੁਰੂ ਰਾਮਦਾਸ ਨੇ ਘੁੱਟ ਕੇ ਗਲ ਨਾਲ ਆ ਕੇ ਆਖਿਆ, ਏਡਾ ਵੱਡਾ ਭਰੋਸਾ ਗੁਰੂ ਤੇ ਰੱਖਦਾ ਸਾਲੋ, ਏਡਾ ਵੱਡਾ ਭਰੋਸਾ ਗੁਰੂ ਨਾਨਕ ਦੇ ਦਰ ਤੇ ਰੱਖਿਆ ਈ। ਕਹਿੰਦਾ ਮਹਾਰਾਜ ਭਰੋਸਾ ਤੇਰਾ, ਗੁਰੂ ਰਾਮਦਾਸ ਤੇਰੇ ਘਰ ਸਭ ਕੁਝ ਆ, ਤੇਰੇ ਭਰੋਸੇ ਤੇ ਢੰਡੋਰਾ ਦੇ ਆਇਆ। ਤੇ ਧੰਨ ਗੁਰੂ ਰਾਮਦਾਸ ਨੇ ਪਤਾ ਕੀ ਆਖਿਆ? ਕਹਿੰਦੇ ਸਾਲੋ ਜਿੰਨਿਆਂ ਨੇ ਸੇਵਾ ਕੀਤੀ ਆ ਤੇ ਤੂੰ ਬਚਨ ਕੀਤੇ ਆ, ਉਹਨਾਂ ਨੂੰ ਤੇ ਮੰਗੀਆਂ ਮੁਰਾਦਾਂ ਮਿਲਣਗੀਆਂ ਈ, ਅੱਗੇ ਤੋਂ ਵੀ ਜੋ ਤੂੰ ਰਸਨਾ ਤੋਂ ਕਹਿ ਦਿਆ ਕਰੇਗਾ ਧੰਨ ਗੁਰੂ ਨਾਨਕ ਦੇ ਘਰੋਂ ਉਹਦੀ ਝੋਲੀ ਚ ਪਿਆ ਕਰੂਗਾ। ਉਹ ਸੋਚ ਕੇ ਵੇਖਿਓ ਗੁਰੂ ਦੇ ਸਿੱਖੋ, ਗੁਰੂ ਕਿਹੋ ਜਿਹਾ ਆਊਗਾ? ਉਹ ਤੇ ਸਿੱਖਾਂ ਨੂੰ ਵਡਿਆਈ ਦੇ ਕੇ ਕਹਿੰਦਾ ਜੋ ਤੂੰ ਰਸਨਾ ਤੋਂ ਕਹਿ ਦੇਗਾ ਸਭਨਾਂ ਦੀਆਂ ਝੋਲੀਆਂ ਭਰ ਜਾ ਕਰ। ਇਹ ਆ ਗੁਰੂ ਰਾਮਦਾਸ ਦੀ ਵਡਿਆਈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਜਿਹ ਪਿਖਤ ਅੱਤ ਹੋਏ ਰਹੱਸ ਮਨ, ਉਹ ਜਿਹਨੂੰ ਵੇਦਿਆਂ ਸਾਰ ਅੱਤ ਦਾ ਰਹੱਸ ਤੇ ਖੁਸ਼ੀਆਂ ਤੁਹਾਡੀ ਝੋਲੀ 'ਚ ਪੈ ਜਾਂਦੀਆਂ, ਐਸਾ ਸੰਤ ਸਾਧੂ ਕੋਈ ਦੁਨੀਆਂ ਤੇ ਵੇਖਿਆ ਤੇ ਗੁਰੂ ਰਾਮਦਾਸ। ਜਿਹ ਪਿਖਤ ਅੱਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਉਹ ਐਸਾ ਗੁਰੂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਦਿਹਾੜਾ
ਤੁਸੀਂ ਮਨਾ ਰਹੇ ਜੇ ਗੁਰੂ ਸਵਾਰਿਓ, ਕੋਈ ਕਿਣਕਾ ਕਿਤੇ ਸਾਡੇ ਮਨ ਸਾਡੇ ਦਿਲਾਂ ਵਿੱਚ ਵੀ ਵਸ ਜਾਏ। ਸਤਿਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਨਾਲ ਆਪਾਂ ਵੀ ਝੋਲੀਆਂ ਭਰ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ।